ਸਤਿ ਸ਼੍ਰੀ ਅਕਾਲ ਜੀ, ਮੈਂ ਜਸਟਿਨ ਲੁਨਜੀਆ ਨੂੰ ਆ ਕੇ ਤੁਹਾਨੂੰ ਸਾਰਿਆਂ ਨੂੰ ਇਸ ਵੀਡੀਓ ਦੇ ਜ਼ਰੀਏ ਗੱਲਬਾਤ ਕਰਾਂਗੀ ਜੀ ਪੰਜਾਬੀ ਭਾਸ਼ਾ ਦੇ ਬਾਰੇ 'ਚ। ਗੱਲ ਹੋ ਰਹੀ ਹੈ ਪੰਜਾਬੀ ਭਾਸ਼ਾ ਦੀ। ਪੰਜਾਬ, ਪੰਜਾਬ ਹੈ ਜਿਹੜਾ ਜੀ, ਦੋ ਸ਼ਬਦਾਂ ਦਾ ਸੁਮੇਲ ਹੈ, ਪੰਜ ਜਮ੍ਹਾਂ ਆਬ। ਆਬ ਤੋਂ ਭਾਵ ਹੈ ਜੀ ਪਾਣੀ, ਦਰਿਆ। ਪੰਜਾਬੀ ਜ਼ੁਬਾਨ ਹੈ ਜਿਹੜੀ ਬਹੁਤ ਖੂਬਸੂਰਤ ਹੈ। ਮੈਂ ਇਹ ਨਹੀਂ ਆਖਾਂਗੀ ਵੀ ਇਹਦੀ ਕਦਰ ਕਰਨੀ ਚਾਹੀਦੀ ਹੈ ਜਾਂ ਕਰੋ, ਇਹ ਸਾਡਾ ਫਰਜ਼ ਹੈ। ਕਿਸੇ ਦੂਸਰੀ ਜ਼ੁਬਾਨ ਨੂੰ ਸਿੱਖੋ, ਕਿਸੇ ਹੋਰ ਭਾਸ਼ਾ ਦਾ ਇਸਤੇਮਾਲ ਕਰੋ, ਪਰ ਬਦਲੇ 'ਚ ਆਪਣੀ ਮਾਤ ਭਾਸ਼ਾ ਦੀ ਬੇਕਦਰੀ ਨਾ ਕਰੀਏ। ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਵੀ ਇਸ ਨੂੰ ਅਸੀਂ ਬਿਹਤਰ ਢੰਗ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਈਏ। ਇਹ ਵਿਰਾਸਤ ਹੈ ਸਾਡੀ, ਅਮੀਰ ਵਿਰਾਸਤ ਹੈ। ਉਹ ਕੌਮਾਂ ਕਦੇ ਵੀ ਫਲ ਫੁੱਲ ਨਹੀਂ ਸਕਦੀਆਂ ਜਾਂ ਫਿਰ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਜਿਹੜੇ ਆਪਣੇ ਵਿਰਾਸਤ ਨੂੰ, ਆਪਣੀ ਭਾਸ਼ਾ ਨੂੰ ਭੁੱਲ ਜਾਂਦੇ। ਪੰਜਾਬੀ ਜ਼ੁਬਾਨ ਦੇ ਵਿੱਚ ਅਸੀਂ ਅਕਸਰ ਹੀ ਗੱਲ ਕਰਦੇ ਕਿ ਪੰਜਾਬੀ ਸਾਡੀ ਮੁੱਖ ਭਾਸ਼ਾ ਹੈ, ਪਰ ਗੱਲ ਜਦੋਂ ਆ ਜਾਂਦੀ ਆ ਉਪ ਭਾਸ਼ਾ ਦੀ, ਉੱਥੇ ਅਸੀਂ ਅਕਸਰ ਹੀ ਕਨਫਿਊਜ਼ ਹੋ ਜਾਂਦੇ ਹਾਂ। ਮੈਨੂੰ ਵੀ ਜਦੋਂ ਕਿਤੇ ਜੱਜਮੈਂਟ 'ਤੇ ਜਾਣ ਦਾ ਮੌਕਾ ਮਿਲਦਾ, ਇਹ ਸਵਾਲ ਮੈਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜ਼ਰੂਰ ਪੁੱਛ ਲੈਂਦੀ ਹਾਂ ਕਿ ਪੰਜਾਬ ਦੀ ਉਪ ਭਾਸ਼ਾ ਬਾਰੇ ਜਾਣਕਾਰੀ ਦਿਓ। ਉੱਥੇ ਬੱਚੇ ਅਕਸਰ ਕਨਫਿਊਜ਼ ਹੋ ਜਾਂਦੇ। ਸੋ ਅੱਜ ਗੱਲ ਕਰਦੇ ਹਾਂ ਪੰਜਾਬ ਦੀਆਂ ਉਪ ਭਾਸ਼ਾਵਾਂ ਜਾਂ ਫਿਰ ਉਪ ਬੋਲੀਆਂ ਬਾਰੇ। ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਜਿਹੜਾ ਆ ਉਹ ਵੱਖਰੇ ਭਾਗਾਂ 'ਚ ਵੰਡਿਆ ਹੋਇਆ, ਜਿਵੇਂ ਮਾਝਾ, ਮਾਲਵਾ, ਦੁਆਬਾ, ਪੁਆਧ, ਇਹ ਏਰੀਏ ਨੇ। ਪਹਿਲਾਂ ਪੰਜਾਬ ਹੈ ਜਿਹੜਾ, ਉਹਦਾ ਖੇਤਰਫਲ ਬਹੁਤ ਵੱਡਾ ਹੁੰਦਾ ਸੀਗਾ, ਹੁਣ ਥੋੜ੍ਹਾ ਸੀਮਤ ਰਹਿ ਗਿਆ ਆ। ਕ੍ਰਮਵਾਰ ਇਸੇ ਤਰ੍ਹਾਂ ਇਹਨਾਂ ਦੀਆਂ ਭਾਸ਼ਾਵਾਂ ਨੇ, ਮਾਝੀ, ਮਾਲਵੀ, ਦੁਆਬੀ, ਪੁਆਧੀ। ਪਹਿਲਾਂ ਤਾਂ ਪੋਠੋਹਾਰੀ, ਝਾਂਗੀ, ਮੁਲਤਾਨੀ, ਡੋਗਰੀ, ਕਿਉਂਕਿ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ ਸਾਡਾ ਪੰਜਾਬ, ਹੈ ਨਾ। ਸੋ ਇਹ ਨੇ ਇਸ ਦੀਆਂ ਉਪ ਮੁੱਖ ਬੋਲੀਆਂ, ਠੀਕ ਹੈ ਜੀ। ਇਸ ਤੋਂ ਇਲਾਵਾ ਕਈ ਹੋਰ ਉਪ ਬੋਲੀਆਂ ਨੇ ਜਿਨ੍ਹਾਂ ਦਾ ਇਸਤੇਮਾਲ ਲਗਭਗ ਹੁਣ ਖਤਮ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਜਿਹੜੀ ਅਸੀਂ ਸਾਡੀ ਜ਼ੁਬਾਨ ਹੈ, ਕੋਈ ਵੀ ਜ਼ੁਬਾਨ ਹੈ, ਉਹਦੇ ਵਿੱਚ ਅਸੀਂ ਦੋ ਤਰੀਕੇ ਨਾਲ ਉਸਦਾ ਇਸਤੇਮਾਲ ਕਰਦੇ ਹਾਂ, ਇੱਕ ਤਾਂ ਲਿਖਣ ਦੌਰਾਨ, ਇੱਕ ਬੋਲਣ ਦੌਰਾਨ, ਠੀਕ ਹੈ ਜੀ। ਇੱਕ ਹੁੰਦੀ ਆ ਮੌਖਿਕ ਭਾਸ਼ਾ, ਇੱਕ ਹੁੰਦੀ ਆ ਲਿਖਤ ਭਾਸ਼ਾ। ਮੌਖਿਕ, ਜਿਸ ਤਰ੍ਹਾਂ ਮੈਂ ਹੁਣ ਆਪਣੀ ਗੱਲਬਾਤ ਹੈ ਜਿਹੜੀ ਉਹ ਬੋਲ ਕੇ ਦੱਸ ਰਹੀ ਹਾਂ, ਠੀਕ ਹੈ ਜੀ, ਉਹਨੂੰ ਬੋਲਦੇ ਹਾਂ ਮੌਖਿਕ ਭਾਸ਼ਾ, ਜਿਹਦੇ ਵਿੱਚ ਵਿਆਕਰਨ 'ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ, ਪਰ ਫਿਰ ਵੀ ਇਹ ਨਿਯਮਾਂ ਅਧੀਨ ਬੋਲੀ ਜਾਂਦੀ ਆ, ਹੈ ਨਾ। ਉਦਾਹਰਣ ਦੇ ਤੌਰ 'ਤੇ ਲੈ ਲਈਏ ਵੀ ਇੱਕ ਬੱਚੇ ਛੋਟੇ ਨੂੰ ਵੀ ਪਤਾ ਆ ਵੀ ਮੈਂ ਇਹ ਗੱਲ ਕਹਿਣੀ ਆ ਵੀ ਮੰਮੀ ਆ ਗਈ, ਡੈਡੀ ਆ ਗਿਆ, ਉਹ ਡੈਡੀ ਆ ਗਈ ਨਹੀਂ ਬੋਲਦਾ, ਹੈ ਨਾ। ਸੋ ਉਹ ਸਿੱਖਦਾ ਆਪਣੀ ਮਾਂ ਤੋਂ ਜੋ ਵੀ ਉਹਦੇ ਨਿਯਮ ਆ, ਉਸ ਭਾਸ਼ਾ ਦੀ ਖੂਬਸੂਰਤੀ, ਉਸ ਭਾਸ਼ਾ ਦਾ ਵਿਆਹ ਕਰਨਾ, ਉਹ ਜਿਹੜੀ ਮਾਂ ਬੋਲੀ ਆ ਆਪਣੀ ਮਾਂ ਦੇ ਦੁੱਧ ਤੋਂ ਸਿੱਖਦਾ ਆ। ਮਾਂ ਜਦੋਂ ਪਿਆਰ ਕਰਦੀ ਆ, ਲਾੜ ਲੜਾਉਂਦੀ ਆ, ਤਾਂ ਉਦੋਂ ਬੱਚਾ ਇਹ ਜ਼ੁਬਾਨ ਆ ਜਿਹੜੀ ਉਹ ਗ੍ਰਹਿਣ ਕਰ ਲੈਂਦਾ, ਸਿੱਖ ਲੈਂਦਾ ਆ, ਹੈ ਨਾ। ਅਗਲੀ ਹੁੰਦੀ ਆ ਜੀ ਲਿਖਤ ਭਾਸ਼ਾ, ਜਿਹੜੀ ਲਿਖ ਕੇ ਆਪਣੀ ਗੱਲਬਾਤ ਨੂੰ ਦਰਸਾਉਣਾ ਜਾਂ ਫਿਰ ਪੇਸ਼ ਕਰਨਾ, ਜਿਹਦੇ ਵਿੱਚ ਵਿਆਕਰਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਜੀ। ਪਹਿਲੇ ਟਾਈਮਾਂ ਦੇ ਵਿੱਚ ਅਸੀਂ ਪੇਪਰ, ਪੈੱਨ ਦਾ ਇਸਤੇਮਾਲ ਕਰਦੇ ਸੀ ਜ਼ਿਆਦਾਤਰ, ਹੁਣ ਜਿਹੜਾ ਇਸਤੇਮਾਲ ਹੋਣ ਲੱਗ ਗਿਆ ਸਕਰੀਨਾਂ ਦਾ ਹੋਣ ਲੱਗ ਗਿਆ, ਮਸ਼ੀਨਾਂ ਦਾ ਹੋਣ ਲੱਗ ਗਿਆ, ਅਤੇ ਭਾਸ਼ਾ ਜਿਹੜੀ ਆ ਸ਼ੁੱਧ ਰੂਪ ਦੇ ਵਿੱਚ ਵੀ ਮਿਲਣ ਲੱਗ ਗਈ, ਕਿਉਂਕਿ ਬਹੁਤ ਤਰ੍ਹਾਂ ਦੇ ਸੋਫਟਵੇਅਰ ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਨੇ, ਉਪਲਬਧ ਨੇ। ਸੋ ਭਾਸ਼ਾ ਜਿਹੜੀ ਆ ਸ਼ੁੱਧ ਰੂਪ ਦੇ ਵਿੱਚ ਸਾਨੂੰ ਉਹਦਾ ਜਿਹੜੀ ਜਾਣਕਾਰੀ ਮਿਲ ਜਾਂਦੀ। ਸੋ ਇਸ ਵੀਡੀਓ ਦੇ ਜ਼ਰੀਏ ਅੱਜ ਅਸੀਂ ਜਾਣਕਾਰੀ ਲਈ ਹੈ ਜੀ ਸਾਡੀ ਪੰਜਾਬ ਦੀ ਮੁੱਖ ਬੋਲੀ ਅਤੇ ਉਪ ਬੋਲੀਆਂ ਜਾਂ ਫਿਰ ਉਪ ਭਾਸ਼ਾਵਾਂ ਬਾਰੇ, ਨਾਲ ਹੀ ਨਾਲ ਜਾਣਕਾਰੀ ਲਈ ਹੈ ਜੀ ਮੌਖਿਕ ਅਤੇ ਲਿਖਿਤ ਭਾਸ਼ਾ ਬਾਰੇ। ਸੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਸ਼ੁਕਰੀਆ ਜੀ।